ਦੋਸਤੋ ਸਵਾਗਤ ਹੈ ਸਾਡੇ ਬਲੌਗ ਦੇ ਵਿੱਚ। ਅਸੀਂ ਜਾ ਰਹੇ ਹਾਂ ਈਸਟ ਐਂਡ ਆਫ ਰੰਡਲ ਹਾਈਕਿੰਗ ਦੇ ਲਈ, ਮੈਂ ਗੁਰਸ਼ਨ, ਸਨੀ ਅਤੇ ਸੰਜੋਤ। ਪਹਿਲਾ ਸਟੋਪ ਅਸੀਂ ਲਾਇਆ ਕਨਾਨਾਸਕਸ ਟਿਮ ਹੋਟਲ ਦੇ ਉੱਤੇ। ਇਹ ਹੈਗਾ ਆ ਜਿਹੜਾ ਇਹਨੂੰ ਮਾਸਕ ਨੇ ਨਵਾਂ ਫੋਨ ਕੱਢਣਾ ਨਾ, ਇਹਨੂੰ ਪਹਿਲਾਂ ਦੇ ਦਿੱਤਾ ਉਹਨੇ। ਘਰੋਂ ਲਿਆਂਦੀ ਹੋਈ ਸਬਜ਼ੀ ਅਤੇ ਰੋਟੀ ਦੇ ਨਾਲ ਕੀਤਾ ਗਿਆ ਲੰਚ, ਅਤੇ ਬਹੁ ਵੈਲੀ ਨੂੰ ਪਾਏ ਗਏ ਚਾਲੇ। ਬਹੁ ਵੈਲੀ ਜਿੱਥੇ ਅਸੀਂ ਕੈਂਪ ਗਰਾਊਂਡ ਬੁੱਕ ਕਰਾਇਆ ਹੋਇਆ ਆ, ਇੱਥੇ ਅਰਾਊਂਡ $50 ਦੇ ਵਿੱਚ ਤੁਹਾਡਾ ਵਨ ਨਾਈਟ ਲਈ ਕੈਂਪ ਗਰਾਊਂਡ ਬੁੱਕ ਹੋ ਜਾਂਦੀ ਆ। ਫਿਰ ਉੱਥੇ ਲਾਇਆ ਟੈਂਟ। ਗੁਰਸ਼ਾਨ ਤਾਂ ਅਕਸਰ ਆਉਂਦਾ ਰਹਿੰਦਾ ਆ, ਸੋ ਬੜਾ ਈਜ਼ੀ ਜਿਹਾ ਰਿਹਾ ਕੰਮ ਟੈਂਟ ਨੂੰ ਰੈਡੀ ਕਰਨ ਦਾ। ਟੈਂਟ ਲਾਉਣ ਤੋਂ ਬਾਅਦ ਅਸੀਂ ਪਹਾੜਾਂ ਦੇ ਨਜ਼ਾਰੇ ਮਾਨਣ ਤੁਰ ਗਏ, ਲੇਕ ਦੇ ਕੰਢੇ। ਉੱਥੇ ਕੁਝ ਤਸਵੀਰਾਂ ਖਿੱਚੀਆਂ ਅਤੇ ਕੁਝ ਵੀਡੀਓ ਦੇ ਕਲਿੱਪਸ ਬਣਾਏ। ਅਸੀਂ ਘਰੋਂ ਲਿਆਂਦੀਆਂ ਹੋਈਆਂ ਪਰੌਂਠੀਆਂ ਕੀਤੀਆਂ ਗਰਮ। ਸੰਜੋਤ ਨੇ ਪੰਜ ਪੰਜ ਵੰਡ ਕੇ ਦੇ ਦਿੱਤੀਆਂ ਚਾਰਾਂ ਨੂੰ। ਸਵੇਰ ਦਾ ਸਮਾਂ ਆ ਅਤੇ ਡਰਾਈਵ ਸਾਡਾ ਸਭ ਤੋਂ ਸਿਆਣਾ ਬੰਦਾ ਕਰ ਰਿਹਾ, ਕਿਉਂਕਿ ਉਹਨੂੰ ਸਾਰੇ ਰਾਹਾਂ ਦਾ ਪਤਾ ਆ। ਸਰੀ ਨੇ ਸੁੱਖਿਆ ਸੀਗਾ ਕਿ ਉਹ ਪਹਾੜਾਂ 'ਚ ਜਾਊਂਗਾ ਅਤੇ ਮੈਂ ਚਾਹ ਬਣਾਊਂਗਾ, ਸੋ ਅੱਜ ਦੀ ਸੁੱਖ ਪੂਰੀ ਹੋ ਗਈ। ਲਓ ਬਈ, ਪੰਜ ਛਨਾਨੇ ਹੋ ਗਿਆ ਆ ਅਤੇ ਹੁਣ ਫਤਿਹ ਕਰਾਂਗੇ ਉਹ ਚੋਟੀ। ਇੱਕ ਸਨੀ ਹੁਣੇ ਵੀ ਨਾਲ ਨਿਆਣੇ ਆਏ, ਇਹਨਾਂ ਦਾ ਧਿਆਨ ਰੱਖਣਾ ਪੈਣਾ। ਹਥਿਆਰ ਚੱਕ ਲਈ ਆਪਣੇ, ਉਹ ਹਥਿਆਰ ਪਏ ਸਾਡੇ। ਓ ਬੰਦੇ ਬੰਦੇ ਆ, ਪਹੁੰਚ ਗਏ ਅੱਗੇ। ਮੈਂ ਕਿਹਾ ਕਿਆ ਬਾਤ ਨਜ਼ਾਰੇ ਬਈ, ਓ ਬਈ ਵਾਹ, ਜਸਟ ਲੁਕਿੰਗ ਲਾਈਕ ਵਾਹ। ਸੇਫ ਰਾ, ਚੱਲ ਤੂੰ ਆ ਜਾ, ਆਪਾਂ ਦੂਜੇ ਥਾਂ ਆ ਹੈ ਹੀ ਨਹੀਂ ਸੇਫ ਐਵੇਂ ਕਹੀ ਜਾਂਦਾ। ਭਾਜੀ ਦੇਖੋ ਤਾਂ ਦੱਸੋ ਹੁਣ, ਇੱਧਰ ਦੇਖੋ ਨਜ਼ਾਰੇ ਬਈ, ਓ ਬਈ ਵਾਹ ਵਾਹ। ਮੰਦੀ ਗੱਲ ਸਿੰਘ ਸਾਹਿਬ, ਇਹ ਕੁਦਰਤੀ ਚੀਜ਼ਾਂ ਨੂੰ ਰੋਕ ਨਹੀਂ ਸਕਦੇ ਆਪਾਂ। ਜਾਣਵੇ ਕਿੰਨੀ ਹਾਈਟ 'ਤੇ ਆ ਗਏ ਆਪਾਂ ਅਤੇ ਕਿੰਨਾ ਸਫ਼ਰ ਹੈਗਾ ਭਾਅ ਜੀ? ਆਪਾਂ 450 ਐਲੀਵੇਸ਼ਨ ਹੈਗੀ ਆ। ਅੱਛਾ, ਸਫ਼ਰ ਮੈਨੂੰ ਲੱਗਦਾ ਆਪਾਂ ਕੱਢ ਲਿਆ ਆ, ਅਤੇ ਪਰ ਆਪਾਂ ਉੱਦਾਂ ਮੈਨੂੰ ਲੱਗਦਾ 1.5-2 ਕਿਲੋਮੀਟਰ ਦੇ ਕਰੀਬ ਕੱਢ ਗਏ, ਕਿਉਂਕਿ ਐਲੀਵੇਸ਼ਨ ਜ਼ਿਆਦਾ ਨਾ, ਸਾਰੀ ਜਿੰਨੀ ਵੀ ਉਹ ਇੱਦਾਂ ਹੀ ਆ ਐਲੀਵੇਸ਼ਨ।
ਇਹਦੀ ਵੀ ਇੱਕ ਖਾਸੀਅਤ ਆ ਵੀ ਇਹਦੇ ਵਿੱਚ ਨਾ ਸਾਰੀ ਚੜ੍ਹਾਈ ਚੜ੍ਹਾਈ ਆ, ਜਾਣੀ ਕਿ ਤੁਹਾਨੂੰ ਸਾਹ ਨਹੀਂ ਆਉਣ ਦਿੰਦੇ, ਬਸ ਸਿੱਧਾ ਆ ਨਾ ਦਿਖਾ ਲਿਓ ਬਾਜੀ। ਪਰ ਜਿਹੜੇ ਕੁਦਰਤੀ ਨਜ਼ਾਰੇ ਇਹਦੇ ਵਿੱਚ, ਆਹ ਜਿਹੜਾ ਲੁੱਤਫ ਆ ਇਹ ਤਾਂ ਕਹਿੰਦੇ ਵੀ ਕੁਛ ਸਾਹਮਣੇ ਆ ਲੈਂਦੇ ਆ, ਇਹ ਲੋਕ ਬਹੁਤ ਪਾਪੂਲਰ ਆ ਗਿਆ ਭਾਜੀ, ਇਹ ਲੋਕ ਬਹੁਤ ਜ਼ਿਆਦਾ ਕਰਦੇ ਆ। ਕੀ ਕਰਾਂਗੇ ਆਪਾਂ ਇਨਸ਼ਾ ਅੱਲਾ। ਆਹ ਹਾਂ ਹਾਂ ਜਿੱਦਣ ਮਰਜ਼ੀ ਭੜਕੋ, ਰਾਹ ਇੱਕ ਹੀ ਆ। ਰਹਿ ਗਿਆ ਸ਼ਹਿਰ, ਕੀਤੀ 1700 meters ਦੀ ਐਲੀਵੇਸ਼ਨ ਤੋਂ। ਠੀਕ ਹੈ, ਹੁਣ ਆਪਾਂ ਜਿਹੜਾ ਫਿਲਹਾਲ ਹੈਗੇ ਆ, ਐਲੀਵੇਸ਼ਨ ਸਾਡੀ ਜਿਹੜੀ ਚੱਲ ਰਹੀ ਆ ਉਹ ਹੈਗੀ ਆ 2000 ਦੇ ਕਰੀਬ ਪਹੁੰਚ ਗਏ, ਮਤਲਬ 1950 ਬੁੱਕ ਦੀ ਗੱਲ। ਆਪਾਂ ਕਿੰਨਾ ਟਾਈਮ ਹੋਰ ਲੱਗਣਾ? ਆਪਾਂ ਪਹੁੰਚਣਾ ਜਿਹੜੀ ਸਾਡੀ ਟੋਪ ਦੀ ਐਲੀਵੇਸ਼ਨ ਹੈਗੀ ਆ ਉਹ ਆਪਾਂ ਪਹੁੰਚਣਾ ਹੈਗਾ ਆ 2575। ਸਮਾਂ ਕਿੰਨਾ ਲੱਗਣਾ ਭਾਜੀ? ਹੁਣ ਆਪਾਂ ਨੂੰ ਘੰਟਾ ਤਾਂ ਲੱਗੂਗਾ, ਜੇ ਆਪਾਂ ਤੁਰੇ ਚੀਜ਼ ਦਾ ਵਿਊ ਦੇਖਦੇ ਰਹੇ ਫਿਰ ਸਾਨੂੰ ਲੱਗਦਾ ਹੁਣ ਬਈ ਆਹ ਵਿਊ ਹੋ ਗਿਆ ਸਾਡਾ ਚੇਂਜ। ਜਿੱਦਾਂ ਉੱਧਰਲੀ ਸਾਈਡ 'ਤੇ ਆਪਾਂ ਨੂੰ ਲੇਕ ਦਿਖ ਰਹੀ ਸੀਗੀ, ਰੋਡ ਦਿਖਦਾ ਸੀ, ਹੁਣ ਇੱਧਰ ਹਰਿਆਲੀ ਆ ਅਤੇ ਸਨੀ ਆ ਅਤੇ ਇਹਦੀਆਂ ਗੱਲਾਂ ਆ, ਗੱਲਾਂ ਦੇ ਗੀਤ, ਗੱਲਾਂ ਦੇ ਗੀਤ ਸਨੀ ਦੇ ਕਰਕੇ ਦੋ ਕਹਿੰਦਾ ਜੀ ਪ੍ਰਭਾਵ ਹੋਣਾ। ਬ੍ਰੇਕ ਟਾਈਮ ਚੱਲਦਾ ਪਿਆ, ਰਸ ਦਿਓ, ਹਵਾ ਜ਼ਿਆਦਾ ਵਗਦੀ ਆ, ਹਵਾ ਤੇਜ਼ ਹੋ ਗਈ ਆ, ਮੀਂਹ ਵੀ ਤੇਜ਼ ਆ, ਸੋ ਇਹਦਾ ਉਲਟ ਆਸਰਾ ਲਿਆ ਗਿਆ। ਧੂੜ ਰੋਡ ਵੀ ਕਹਿੰਦਾ ਏਦਾਂ ਬਈ ਆ ਚੋਪਰ, ਕਹਿੰਦਾ 2.5 number ਲੈ ਗਿਆ ਹੋ ਜਾਂਦਾ ਮੁੰਡਾ, ਚੜ੍ਹ ਗਿਆ ਸੂਰਮੇ ਚੜ੍ਹ ਗਿਆ, ਪਿੱਛੇ ਧੂੜ ਹੀ ਉੜਦੀ ਦੀਦੀ ਆਉਂ ਕੁਛ ਨਹੀਂ ਠੀਕ ਆ, ਨਹੀਂ ਰੀਸਾਂ ਜਵਾਨੋ ਤੁਹਾਡੀਆਂ ਆ ਜਾਓ। ਭਾਜੀ ਕਲੰਬੀ ਕਹਿੰਦੇ ਬਾਰਿਆਂ ਨੇ ਤਿੱਖਾ ਨੱਕ ਚਮਕਣਾ ਕੋਕਾ ਭਾਜੀ। ਇੱਧਰ ਕਲੰਬੀ ਵਾਲੇ ਕੀ ਕਹਿੰਦੇ ਚੇਕਾਂ ਗੱਡੀ ਖੜੀ ਸਾਡੀ ਬਾਈ, ਇਹਨੂੰ ਰੱਖੀਏ ਟਾਈਮ ਲੈਸ ਲਈਏ ਇੱਥੇ। ਕਿਆ ਬਾਤ ਆ, ਧੰਨਵਾਦ ਗੁਰਸ਼ਰਨ ਦਾ ਜਿਹੜਾ ਇੱਥੇ ਲੈ ਕੇ ਆਇਆ ਤੁਹਾਨੂੰ, ਧੰਨਵਾਦ। ਜਿਹੜਾ ਮੀਂਹ ਪੈ ਰਿਹਾ ਆ, ਪਹਿਲਾਂ ਪ੍ਰੋਗਰਾਮ ਬਣਿਆ ਕੇ ਰਹਿਣ ਦੇਈਏ ਅੱਜ, ਪਰ ਫਿਰ ਮੁੰਡੇ ਕਹਿੰਦੇ ਨਹੀਂ ਬਾਈ, ਕਹਿੰਦੇ ਅੱਜ ਮੰਗ ਹੀ ਵਿਹੜੀ ਆ ਅਤੇ ਅੱਜ ਤੁਰੇ ਆ ਵੀ ਆ, ਨਜ਼ਾਰਾ ਵੈਰੀ ਗੁੱਡ, ਬਹੁਤ ਵਧੀਆ, ਨਹੀਂ ਬਿਆਨ ਕਰ ਸਕਦੇ, ਨਹੀਂ ਕਰ ਸਕਦੇ ਵਧੀਆ ਹਾਈਲੈਂਡ ਦੀਆਂ 3 ਲਹਿਰਾਂ ਦੇਖੋ ਕਿੰਨੀਆਂ ਸੋਹਣੀਆਂ ਬਣਦੀਆਂ, ਉੱਤੋਂ ਭਾਈ ਪਾਣੀ ਵੀ ਆ ਰਿਹਾ, ਸੰਨਾ ਵੀ ਪੈ ਰਿਹਾ, ਉੱਥੇ ਪਾਣੀ ਦਾ ਝਰਨਾ ਚੱਲ ਰਿਹਾ। ਕਿਆ ਬਾਤ ਹੈ, ਉਹ ਸਾਡੀ ਗੱਡੀ ਖੜੀ ਆ, ਉਹ ਬਸ ਦੇਖਣ ਹੀ ਆਏ ਸੀ, ਖੜੀ ਆ
ਉਸਦਾ ਕੰਮ ਕੋਈ ਨਹੀਂ ਸਾਨੂੰ ਇੱਥੇ। ਇੱਧਰ ਦੇਖੋ ਜੀ ਸਨੀ ਬੱਲੇ ਬੱਲੇ ਕਰਾਈ ਪਈ ਆ, ਇੱਧਰ ਸੰਜੋਤ ਨਜ਼ਾਰੇ ਨੇ ਸਨੀ ਕਿਹਦਾ ਸੈਟ ਹੈਗਾ ਮਾਹੌਲ, ਇੱਕ ਨੰਬਰ ਮਾਹੌਲ ਹੈਵਨ ਹੈਵਨ ਮੈਂ ਹੈਵਨ ਆ, ਨਜ਼ਾਰੇ ਲੱਗੇ ਪਏ ਆ ਬਾਬੇ ਜੋਨੀ ਅੰਗ ਨੀ ਪੈਣਾ ਨਹੀਂ ਇਹਨੇ ਪਜਾਮਾ ਲੈ ਲਿਆ ਤੇ ਜੀ ਆ ਸਨੀ ਆ ਪਜਾਮਾ ਨਾ ਪਾਏ ਕਰਦੇ ਤੇ ਮੀਂਹ ਨਹੀਂ ਆਉਣਾ। ਇੱਧਰ ਦੇ ਕੋਲੇ ਆਪਾਂ ਥੋੜ੍ਹਾ ਜਿਹਾ ਧਿਆਨ ਨਾਲ ਦੇਖੋ ਜੀ, ਉੱਭਰ ਜਾਂਦੇ ਇੱਧਰ ਥੱਲੇ ਖਤਰਾ ਹੀ ਖਤਰਾ। ਇੱਥੋਂ ਸਲਿਪਰੀ ਆ ਥੋੜਾ ਧਿਆਨ ਨਾ, ਪਹਾੜੀ ਦੀ ਚੋਟੀ ਦਿਖ ਰਹੀ ਆ ਤੇ ਅਸੀਂ ਰੁਕ ਗਏ ਇਸ ਮੂਵਮੈਂਟ ਨੂੰ ਕੈਪਚਰ ਕਰਨ ਦੇ ਲਈ। ਇੱਧਰ ਲਾ ਤਾ ਗੋਪਰੋ ਟਾਈਮ ਲੈਪਸ ਲਈ, ਦੇਖੋ ਨਜ਼ਾਰਾ। ਉਹ ਬੱਦਲਾਂ ਦੇ ਹੈਗਾ ਟੁਕੜੀਆਂ ਥੱਲੇ, ਪਹਾੜੀ ਦੇ ਚੋਟੀ ਦੇ ਆਲਮੋਸਟ ਪਹੁੰਚ ਗਏ ਆ। ਇੱਥੇ ਮੁੰਡੇ ਕਰ ਰਹੇ ਆ ਹੁਣ ਆਪਣੀਆਂ ਬਾਰਾਂ ਬੁਰਾਂ, ਰੌਣਕ ਵੱਜੀ ਪਈ ਆ ਭਾਜੀ। ਆਪਾਂ ਪਹੁੰਚ ਗਏ ਆ 2350 ਐਲੀਵੇਸ਼ਨ ਤੇ ਆਪਾਂ ਪਹੁੰਚਣਾ 2500, ਸਿਰਫ 200 ਮੀਟਰ ਦੀ ਐਲੀਵੇਸ਼ਨ ਹੋਰ ਰਹਿ ਗਈ ਆ। ਤੇ ਇੱਥੇ ਜਿਹੜੇ ਹੁਣ ਪੱਧਰੇ ਮੈਦਾਨ ਆ ਗਏ, ਪਹਿਲਾਂ ਜਿੱਥੇ ਪੱਥਰਾਂ 'ਚ ਸਫ਼ਰ ਕਰਦੇ ਤੇ ਹੁਣ ਦੇ ਘਾਹ ਦੇ ਮੈਦਾਨ ਆ ਗਏ ਆ। ਤੇ ਅੱਗੇ ਹੁਣ ਸਾਹਮਣੇ ਤੁਹਾਡੀ ਇਸ ਕਰਕੇ ਨਹੀਂ ਦੇਖਦੇ ਬਹੁਤ ਨੇੜੇ ਆ ਕਿਉਂਕਿ ਬੱਦਲ ਬਹੁਤ ਜ਼ਿਆਦਾ ਆ, ਪਰ ਹੁਣ ਖੂਬਸੂਰਤ ਦ੍ਰਿਸ਼ਾਂ ਨਾਲ ਦੋ ਜਾਗੀਆਂ ਚੋਟੀਆਂ, ਇੱਕ ਪਾਸੇ ਰੰਡਾ ਤੇ ਇੱਕ ਪਾਸੇ ਹਾਲਨ ਪੀਕ। ਜ਼ਿੰਦਗੀ ਅਭੀ ਬਾਕੀ ਹੈ, ਕੁਛ ਜੀਤਨਾ ਅਭੀ ਬਾਕੀ ਹੈ, ਏਕ ਹਾਰ ਵੀ ਅਭੀ ਬਾਕੀ ਹੈ, ਇਨ ਪੱਥਰੋਂ ਕੇ ਪਾਰ ਆਸਮਾਨ ਕੀ ਵੋ ਉਡਾਨ ਬਾਕੀ ਹੈ, ਪਿਘਲੇ ਸੀਨੇ ਕੋ ਜੋ ਜੇਬਰ ਬਣਾ ਦੇ ਵੋ ਆਖਰੀ ਬਾਰ ਅਭੀ ਬਾਕੀ ਹੈ। ਕਿਸਮਤ ਕਿਸੀ ਵੀ ਵਕਤ ਬਦਲ ਸਕਤੀ ਹੈ ਮੇਰੇ ਦੋਸਤ, ਜ਼ਿੰਦਗੀ ਅਭੀ ਬਾਕੀ ਹੈ, ਜ਼ਿੰਦਗੀ ਅਭੀ ਬਾਕੀ ਹੈ। ਪੰਜ ਸੈਂਟ ਮਿਲਿਆ ਆ, ਕਹਿੰਦੇ ਹੁੰਦੇ ਪਰਮਾਤਮਾ ਨੇ ਤੁਹਾਡੇ ਲਈ ਥਾਂ ਥਾਂ ਚੀਜ਼ਾਂ ਰੱਖੀਆਂ ਹੁੰਦੀਆਂ, ਆ ਚੱਲ ਵੀ ਇੱਕ ਯਾਦਗਾਰੀ ਚੀਜ਼ ਬਣ ਗਈ ਆ। ਅਤੇ ਗੁਸ਼ਾਨ ਭਾਅ ਜੀ ਆਪਾਂ ਇਸ ਟਾਈਮ ਹੈ ਕਿੱਥੇ? ਆਪਾਂ ਪਹੁੰਚ ਗਏ 2500 ਮੀਟਰ 'ਤੇ, ਅਤੇ ਫਿਰ ਪੁੱਛੇ ਤਾਰੀ ਕਹਿ ਗਿਆ ਸਾਹਮਣੇ, ਅਤੇ 2500 ਮੀਟਰ 'ਤੇ ਪੰਜ ਸੈਂਟ ਤੁਹਾਡੇ ਲਈ ਕੋਈ ਛੱਡ ਕੇ ਗਿਆ ਸੀਗਾ ਜੇ ਲਾਲ ਚ ਸਾਗ ਤਾਲ ਕੋਈ ਧਿਆਨ ਨਾਲ ਬਸ ਪੱਥਰ ਫੜ ਫੜ ਕੇ ਆ ਜਾਓ, ਖੜੇ ਹੋਣਾ ਹੁਣ
ਖੜੇ ਹੋਣਾ ਸਿਖਰ ਤੇ ਪਹਾੜੀ ਤੇ। ਵਾਹ ਲਓ ਜੀ, ਰੰਡਲ ਈਸਟ ਦੇ ਐਂਡ ਤੇ ਪਹੁੰਚ ਗਏ ਹਾਂ। ਹਾਂਜੀ, ਹਾਈਕ ਥੋੜ੍ਹੀ ਜਿਹੀ ਔਖੀ ਆ ਇਹ। ਕਹਿੰਦਾ ਦੱਸ ਕਿਸ ਐਂਡ ਹੋ ਗਿਆ? ਕਹਿੰਦਾ ਆ ਗਿਆ ਤਾਂ ਐਂਡ ਤੇ, ਇੱਧਰੋਂ ਬੈਮ ਦੇ ਆ ਕੇ ਤਾਂ ਉੱਪਰ ਜੀ ਆ ਕਰ ਦਿੱਤਾ ਇਹਦਾ ਐਂਡ। ਹੁਣ ਜਾਵਾਂਗੇ ਥੱਲੇ ਵੱਲ ਨੂੰ ਹੌਲੀ ਹੌਲੀ ਕਰਦੇ। ਅੱਗੇ ਬੈਮ ਸਤਿਕਾਲ। ਲਓ ਜੀ, ਹੁਣ ਥੱਲੇ ਚੱਲੇ ਹਾਂ। ਹੁਣ ਜਾਂਦੇ ਹੋਏ ਮੁੰਡਿਆਂ ਨੂੰ ਜੋਸ਼ ਪੂਰਾ। ਜਿਹੜੀ ਤੁਹਾਨੂੰ ਦੁਨੀਆਂ ਦਿਖਾਈ ਸੀ ਵੀ ਇਸ ਦੁਨੀਆਂ 'ਚ ਆ ਰਹੇ ਹਾਂ, ਹੁਣ ਅਸੀਂ ਵਾਪਸ ਦੁਨੀਆਂ 'ਚ ਆ ਰਹੀ ਜਾ ਰਹੇ ਹਾਂ। ਕਿਆ ਨਹੀਂ, ਹਰਿਆਲੀ ਜਾ ਰਹੇ ਹਾਂ। ਵਧੀਆ ਹੋਗਾ। ਪੱਥਰ ਦੇ ਸ਼ਹਿਰ ਨਾ ਆਇਓ, ਹੈਂ ਕਹਿੰਦਾ ਨਾ ਜਾਈ ਪੱਥਰਾਂ ਦੇ ਸ਼ਹਿਰ। ਨਾ ਕਰਬਟ ਬਦਲਨੇ ਸੇ ਨਜ਼ਾਰੇ ਨਹੀਂ ਬਦਲਤੇ, ਸਿਰਫ ਸੋਚ ਲੈਣਾ ਕਾਫੀ ਨਹੀਂ, ਦੋ ਮੇ ਸੇ ਏਕ ਚੁਣਨਾ ਪੜਤਾ ਹੈ, ਆਂਖੇ ਮੂੰਦ ਲੈਣੇ ਸੇ ਰਾਸਤੇ ਨਹੀਂ ਬਦਲਤੇ, ਜਬ ਚੱਲ ਪੜੇ ਤੋ ਹਾਲਾਤ ਕਿਆ ਸਫ਼ਰ ਕਿਆ, ਥੋੜ੍ਹੇ ਆਰਾਮ ਕੇ ਲੀਏ ਮੰਜ਼ਿਲ ਨਹੀਂ ਬਦਲਤੇ, ਜੇ ਲੜਾਈ ਖੁਦ ਸੇ ਖੁਦ ਕੀ ਹੈ, ਇਸ ਲੜਾਈ ਮੇ ਕਿਰਦਾਰ ਨਹੀਂ ਬਦਲਤੇ, ਨਜ਼ਰ ਬਦਲਨੇ ਸੇ ਹੀ ਨਜ਼ਰੀਏ ਬਦਲਤੇ ਹੈਂ। ਆਹ ਜਿਹੜੀ ਚੋਟੀ ਆ ਵੀ, ਇਹਦਾ ਜਿਹੜਾ ਸਿਰਾ ਆ ਇੱਥੇ, ਕਿੱਥੋਂ ਮੁੜ ਕੇ ਆਏ ਆ? ਹਲੇ ਵੀ ਕਹਿ ਰਹੇ ਆ ਕਿ ਕਰੀ ਫੇਰ ਜਾਣਾ, ਕੀ ਕਰੀਏ ਏਦਾਂ ਦੇ ਬੰਦੇ ਹਲੇ 400 ਮੀ ਕੀ ਕਰਾਂ ਤੁਹਾਡਾ, ਤੁਹਾਨੂੰ ਕਿੱਥੇ ਲਗੋ ਦੇਈਏ? ਲਓ ਜੀ, ਆ ਗਏ ਬੈਕ। ਸਵੇਰੇ 8 ਵਜੇ ਸ਼ੁਰੂ ਹੋਏ ਆਪਾਂ ਨਾ, ਤੇ ਹੁਣ ਵੱਜ ਗਏ ਆਪਣੇ 4 ਵੱਜ ਗਏ ਆ। ਬਹੁਤ ਆਨੰਦਮਈ ਸਫ਼ਰ ਸੀ। ਧਕੇਲਨੇ ਸੇ ਚਲ ਤੋ ਜਾਤੀ ਹੈ, ਚਾਹੇ ਨਾਵ ਹੋ ਜਾਂ ਜ਼ਿੰਦਗੀ, ਪਰ ਜਬ ਲਹਿਰੋਂ ਕਾ ਸਾਥ ਮਿਲੇ ਤੋ ਲਗਤਾ ਹੈ ਕਿ ਖੂਨ ਮੇਂ ਅਬ ਵੀ ਰਵਾਨੀ ਹੈ।